अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। अकाल चैनल वेखण वाले सारे व्यूअर्स का अज के इस प्रोग्राम के स्वागत है जी। अज अकाल चैनल की टीम पहुँची हुई है गुरद्वारा गढ़ी साहब जी की गल करिए, डिस्ट्रिक्ट कैथल हरियाणे दे विच पैंदा, पर ना लगता जो पंजाब का एरिया समाणा जिथों सिर्फ 2 किलोमीटर दूरी पर यह जो स्थान है, बहुत ही संगत इस बारे जानदियां, पर जिहड़ियां संगत नहीं जानदियां उन्हां नूं असीं दस दी जाइए कि गुरद्वारा गढ़ी साहब है जो हरियाणे विच पैंदा, पर समाणा जो शहर तुसीं जानदे हो इतिहास दे विच वी समाणे शहर दा जिक्र आउंदा, उस तों सिर्फ 2 किलोमीटर जिहड़ा दूरी ते इह जिहड़ा स्थान है उत्थे अज अकाल चैनल दी टीम पहुँची हुई है। तो इस जगह दे विच पहुँच के इत्थे दी जे आपां गल करिए कार सेवा वालों सेवा चलाई जा रही है, जिथे बाबा बलवीर सिंह ते बाबा नरेंद्र सिंह उर्फ बाबा गुरमुख सिंह दे जो इतों की सेवा संभाल करते हैं, तो साढ़े नाल इस टाइम बैठे हुए हैं। सब तो पहला उन्होंने फतेह की सांझ पाने, वाहेगुरु जी का वाहेगुरु जी की फतेह। बाबा जी स्वागत करते हैं अकाल चैनल के इस प्रोग्राम के। अकाल चैनल की टीम अज पहुंची हुई है आप जी के जिहड़े गुरु महाराज के स्थान पर जिथे तुसीं सेवा संभाल करते हो, तो अज का दिन जो खास 24 जनवरी है, इस दिन बारे भी आप जी तो जरूर जाणांगे, तो संगत जानना चाहेंगे इस जिहड़ा स्थान है इहदा की इतिहास है, ये इतिहास के नाल जुड़ियां जिहड़ियां होर भी बहुत सारियां जिहड़ियां चीज़ां ने गल्लां ने वह भी आप जी तो जरूर सांझी करांगे। सब तो पहला तुसीं इस स्थान बारे इस बारे जरूर दसो कि इस स्थान का इतिहास की है। गुरु रूप खालसा साध संगत जी, वाहेगुरु जी का खालसा वाहेगुरु जी की फतेह। जिवें अकाल चैनल टीवी दे नुमाइंदे ने पुछया वे इतों का इतिहास की है, जगत ते जलंधे नूं तारदे होए कश्मीरी पंडतां दे पुकार सुन के 9वें पातशाह गुरु तेग बहादुर साहब ਸ਼ਹੀਦੀ ਦੇਣ ਵਾਸਤੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਤਿਲਕ ਜੰਝੂ ਰਾਖਾ ਪ੍ਰਭਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ। ਤਿਲਕ ਜੰਝੂ ਦੀ ਰਾਖੀ ਵਾਸਤੇ ਜਦੋਂ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਜਾ ਕੇ ਗੁਰਦੁਆਰਾ ਆਨੰਦਪੁਰ ਸਾਹਿਬ ਆ ਕੇ ਫਰਿਆਦ ਕੀਤੀ ਵੀ ਸਾਡੇ ਸੰਸਾਰ 'ਤੇ ਕੋਈ ਰਾਖੀ ਕਰਨ ਵਾਲਾ ਨਹੀਂ, ਸਾਡੇ ਧਰਮ ਨੂੰ ਖਤਮ ਕੀਤਾ ਜਾ ਰਿਹਾ, ਸਾਡੇ ਧਾਰਮਿਕ ਚਿੰਨ੍ਹਾਂ ਨੂੰ ਖਤਮ ਕੀਤਾ ਜਾ ਰਿਹਾ, ਸਾਡੇ ਧਰਮ ਨੂੰ ਖਤਮ ਕੀਤਾ ਜਾ ਰਿਹਾ, ਅਤੇ ਸਾਡੇ ਕੋਈ ਸੰਸਾਰ 'ਤੇ ਬਾਂਹ ਫੜਨ ਵਾਲਾ ਨਹੀਂ। ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਜਾਓ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਵੇਗਾ ਤਾਂ ਅਸੀਂ ਸਾਰੇ ਮੁਸਲਮਾਨ ਹੋ ਜਾਵਾਂਗੇ। ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਤੋਂ ਚੱਲੇ, ਜਗਤ ਜਲੰਧੇ ਨੂੰ ਉਤਾਰਦੇ ਹੋਏ ਥਾਂ ਥਾਂ 'ਤੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਗੁਰੂ ਘਰ ਦੇ ਨਾਲ ਸੰਸਾਰ ਨੂੰ ਜੋੜਿਆ। ਜਿਸ ਤਰ੍ਹਾਂ ਥਾਂ ਥਾਂ 'ਤੇ ਗੁਰੂ ਸਾਹਿਬ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਜੋ ਪਟਿਆਲਾ ਸ਼ਹਿਰ ਦੇ ਨੇੜੇ ਆ ਉੱਥੇ ਗੁਰੂ ਸਾਹਿਬ ਪਹੁੰਚੇ, ਕੁਝ ਸਮਾਂ ਉੱਥੇ ਬਤੀਤ ਕਰਨ ਤੋਂ ਉਪਰੰਤ ਸਮਾਣੇ ਸ਼ਹਿਰ ਵਿੱਚ ਗੁਰੂ ਸਾਹਿਬ ਆਏ। ਇੱਥੇ ਫਕੀਰ ਅਨਾਇਤ ਅਲੀ ਖਾਂ ਦੀ ਝੁੱਗੀ ਸੀ, ਗੁਰੂ ਸਾਹਿਬ ਦਾ ਬੜਾ ਪ੍ਰੇਮੀ ਸੀ, ਬੜਾ ਹੀ ਨਜ਼ਦੀਕੀ ਸੀ, ਬੜਾ ਸ਼ਰਧਾਵਾਨ ਸੀ ਅਨਾਇਤ ਅਲੀ ਖਾਂ। ਜਦੋਂ ਗੁਰੂ ਸਾਹਿਬ ਨੇ ਉੱਥੇ ਚਰਨ ਪਾਏ ਤਾਂ ਉਹਨਾਂ ਦੀ ਬੜੀ ਸੇਵਾ ਕੀਤੀ। ਗੁਰੂ ਸਾਹਿਬ ਨੇ ਅਨਾਇਤ ਅਲੀ ਖਾਂ ਨੂੰ ਵਰ ਦਿੱਤੇ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਤਾ ਮੁਹੰਮਦ ਖਾਨ ਜਿੱਥੇ ਆਪਾਂ ਬੈਠੇ ਹਾਂ ਗੜੀ ਨਜ਼ੀਰ ਵਾਲੇ ਨੂੰ ਪਤਾ ਲੱਗਾ ਇਹ ਸਮਾਣਾ ਸ਼ਹਿਰ ਵਿੱਚ ਪਹੁੰਚਿਆ ਅਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਮੇਰੀ ਝੁੱਗੀ 'ਚ ਚਰਨ ਪਾਓ ਜੋ ਇਸ ਉਸ ਟਾਈਮ 'ਤੇ ਗੜੀ ਦਾ ਰੂਪ ਸੀ ਜੋ ਉਹਦਾ ਘਰ ਸੀ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਗੜੀ ਵਿੱਚ ਪਹੁੰਚੇ ਤਾਂ ਉਸ ਮੁਹੰਮਦ ਖਾਨ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ। ਜਦੋਂ ਸ਼ਾਹੀ ਫੌਜਾਂ ਗੁਰੂ ਸਾਹਿਬ ਦੀ ਭਾਲ ਵਿੱਚ ਤੁਰੀਆਂ ਫਿਰਦੀਆਂ ਸਨ, ਲੱਭ ਰਹੀਆਂ ਸਨ, ਗੁਰੂ ਸਾਹਿਬ ਦਾ ਪਿੱਛਾ ਕੀਤਾ ਜਾ ਰਿਹਾ ਸੀ,
ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਇਸ ਏਰੀਏ ਦੇ ਵਿੱਚ ਆਏ ਨੇ ਅਤੇ ਉਹਨਾਂ ਨੇ ਇੱਥੋਂ ਦੇ ਮੁਹੰਮਦ ਖਾਨ ਨੂੰ ਪੁੱਛਿਆ ਸਾਨੂੰ ਪਤਾ ਲੱਗਾ ਗੁਰੂ ਸਾਹਿਬ ਇਸ ਏਰੀਏ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਨੇ ਕਿਹਾ ਇੱਥੇ ਕੋਈ ਗੁਰੂ ਸਾਹਿਬ ਨਹੀਂ ਆਏ ਤੁਹਾਨੂੰ ਕਿਸੇ ਨੇ ਸ਼ੱਕ ਪਾ ਦਿੱਤਾ ਮੈਂ ਤਾਂ ਖੁਦ ਹੀ ਸਰਕਾਰ ਦਾ ਇੱਕ ਨੁਮਾਇੰਦਾ ਹਾਂ ਸਰਕਾਰ ਦੀ ਮਦਦ ਕਰਨ ਵਾਲਾ ਹਾਂ ਪਰ ਗੁਰੂ ਸਾਹਿਬ ਦਾ ਸ਼ਰਧਾਵਾਨ ਹੋਣ ਕਰਕੇ ਉਸ ਨੇ ਇਸ ਗੱਲ 'ਤੇ ਪਰਦਾ ਪਾਇਆ ਜਿਹੜੇ ਔਰੰਗਜ਼ੇਬ ਬਾਦਸ਼ਾਹ ਦੇ ਸਿਪਾਹੀ ਸਨ ਉਹ ਵਾਪਸ ਚਲੇ ਗਏ ਅਤੇ ਗੁਰੂ ਸਾਹਿਬ ਨੇ ਵਰ ਦਿੱਤਾ ਜੋ ਚੜ੍ਹੀ ਆਵੇ ਇੱਥੇ ਲੱਥੀ ਜਾਵੇ ਦੇ ਮਹਾਂਵਾਕ ਅਨੁਸਾਰ ਇੱਥੋਂ ਦੇ ਧਰਤੀ ਨੂੰ ਭਾਗ ਲਾਏ ਇਸ ਤੋਂ ਅੱਗੇ ਗੁਰੂ ਸਾਹਿਬ ਤਮਤਾਣ ਸਾਹਿਬ ਹੁੰਦੇ ਹੋਏ ਹੋਰ ਅਨੇਕਾਂ ਥਾਵਾਂ 'ਤੇ ਭਾਗ ਲਾਉਂਦੇ ਹੋਏ ਉਹਨਾਂ ਨੇ ਜਾ ਕੇ ਦਿੱਲੀ ਗ੍ਰਿਫਤਾਰੀ ਦਿੱਤੀ ਅਤੇ ਤਿਲਕ ਜੰਜੂ ਦੀ ਰਾਖੀ ਕੀਤੀ ਜੋ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੀ ਜੋ ਉਹਨਾਂ ਦੀ ਫਰਿਆਦ ਸੀ ਜੋ ਉਹਨਾਂ ਦੇ ਧਰਮ ਦਾ ਧੱਕਾ ਹੋ ਰਿਹਾ ਸੀ ਉਹਨਾਂ ਦੇ ਧਰਮ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਅਤੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਸੱਚਖੰਡ ਪਿਆਨਾ ਕਰ ਗਏ ਸਾਧ ਸੰਗਤ ਜੀ ਤੁਸੀਂ ਇਤਿਹਾਸ ਦਾ ਬਾਰੇ ਬਾਬਾ ਜੀ ਕੋਲ ਸੁਣ ਹੀ ਲਿਆ ਕਿਉਂਕਿ ਜੇ ਇਹ ਪਹਿਲਾਂ ਜਿਹੜਾ ਹਰਿਆਣੇ ਦੀ ਜੇ ਗੱਲ ਕਰੀਏ ਇੱਥੋਂ ਸ਼ੁਰੂ ਹੁੰਦਾ ਸਫ਼ਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਮਤਾਣ ਸਾਹਿਬ ਤੋਂ ਬੈਰ ਸਾਹਿਬ ਤੋਂ ਫਿਰ ਕੈਥਲ ਤੋਂ ਹੁੰਦੇ ਹੋਏ ਦਿੱਲੀ ਨੂੰ ਰਵਾਨਾ ਹੋਏ ਸੀ ਬਾਬਾ ਜੀ ਇਹ ਤਾਂ ਇਤਿਹਾਸ ਸੀ ਪਰ ਜਿਹੜਾ ਅੱਜ ਦਾ ਦਿਨ ਜਿਹੜਾ ਖਾਸ 24 ਜਨਵਰੀ ਜੋ ਸਾਲਾਨਾ ਸਮਾਗਮ ਹੁੰਦਾ ਬਰਸੀ ਸਮਾਗਮ ਹੁੰਦਾ ਇਸ ਬਾਰੇ ਵੀ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਮਹਾਂਪੁਰਸ਼ਾਂ ਦੀ ਜਿਹੜੀ ਜਿਹੜੀ ਬਰਸੀ ਦਾ ਜਿਹੜਾ ਸਮਾਗਮ ਮਨਾਇਆ ਜਾਂਦਾ ਅਤੇ ਉਹਨਾਂ ਦੇ ਇੱਥੇ ਕਿੰਨਾ ਕੁ ਜੋ ਸੇਵਾ ਭਾਵਨਾ ਕਿੰਨਾ ਯੋਗਦਾਨ ਪੁਰਾਣੇ ਸਮੇਂ ਤੋਂ ਜੁੜ ਕੇ ਜਿਹੜੀ ਇਹ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਇਹਦੇ ਬਾਰੇ ਵੀ ਸੰਗਤਾਂ ਨੂੰ ਜ਼ਰੂਰ ਸਾਂਝਾ ਕਰੋ ਜੀ ਇਹ ਜੋ ਕਾਰ ਸੇਵਾ ਦੀ ਗੱਲ ਹੈ ਜਾਂ ਇੱਥੋਂ ਦੇ ਇਤਿਹਾਸ ਦੀ ਗੱਲ ਆਪ ਜੀ ਨੂੰ ਵਿਸਥਾਰ ਦੇ ਨਾਲ ਦੱਸਿਆ ਗਿਆ ਆਪਾਂ ਅੱਜ 24 ਜਨਵਰੀ ਦੇ ਸੰਬੰਧ 'ਚ ਗੱਲ ਕਰ ਰਹੇ ਹਾਂ ਜਦੋਂ ਬਾਬਾ ਜੀਵਨ ਸਿੰਘ ਮਹਾਰਾਜ ਜੀ ਕਾਰ ਸੇਵਾ ਵਾਲੇ ਸੰਤ ਗੋਦਾਵਰੀ ਦੇ ਪੁੱਲ ਦੀ ਸੇਵਾ ਕਰਕੇ ਹਜ਼ੂਰ ਸਾਹਿਬ ਜੋ ਗੋਦਾਵਰੀ ਦਾ ਪੁੱਲ ਬਣਿਆ ਹੋਇਆ ਉਸ ਤੋਂ ਉਪਰੰਤੋਂ ਪੰਜਾਬ ਵਿੱਚ ਆਏ 1971 ਦੇ ਵਿੱਚ ਉਹਨਾਂ ਨੇ ਇੱਥੇ ਆ ਕੇ ਕਾਰ ਸੇਵਾ ਦੀ ਆਰੰਭਤਾ ਕੀਤੀ ਕਾਰ ਸੇਵਾ ਦਾ ਟੱਕ ਲਗਾਇਆ ਉਹਨਾਂ ਦੇ ਸਮੇਂ ਦੇ ਦੌਰਾਨ ਜੋ ਪਹਿਲਾ ਗੁਰਦੁਆਰਾ ਸੀ ਬਹੁਤ ਹੀ ਛੋਟੀ ਇਮਾਰਤ ਸੀ ਨਿੱਕੀਆਂ ਇੱਟਾਂ ਦਾ ਬਣਿਆ ਹੋਇਆ ਸੀ ਉੱਥੇ ਇੱਕ ਇਕੱਲਾ ਗ੍ਰੰਥੀ ਸਿੰਘ ਹੀ ਗੁਰੂ ਸਾਹਿਬ ਪ੍ਰਕਾਸ਼ ਕਰਕੇ ਪਾਠ ਕਰ ਸਕਦਾ ਸੀ ਹੋਰ ਕੋਈ ਜ਼ਿਆਦਾ ਵੱਡੀ ਬਿਲਡਿੰਗ ਨਹੀਂ ਸੀ ਕੋਈ ਜ਼ਿਆਦਾ ਵੱਡੀਆਂ ਪਰਿਕਰਮਾ ਨਹੀਂ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਛੋਟੇ ਗੁਰਦੁਆਰਾ ਸਾਹਿਬ ਬਣਾ ਕੇ ਯਾਦਗਾਰਾਂ ਬਣਾਈਆਂ ਉਸ ਤਰ੍ਹਾਂ ਇੱਕ ਛੋਟੀ ਹੀ ਬਿਲਡਿੰਗ ਸੀ ਇੱਥੇ ਅਤੇ ਬਾਬਾ ਜੀਵਨ ਸਿੰਘ ਮਹਾਰਾਜ ਨੇ ਆ ਕੇ ਇੱਥੇ ਗੁਰਦੁਆਰਾ ਸਾਹਿਬ ਉਸਾਰਿਆ ਲੰਗਰ ਹਾਲ ਅਤੇ ਸਰੋਵਰ ਹੋਰ ਬਿਲਡਿੰਗਾਂ ਦੀ ਸੇਵਾ ਕੀਤੀ ਜਦੋਂ ਹਜ਼ੂਰ ਸਾਹਿਬ ਤੋਂ ਬਾਬਾ ਜੀਵਨ ਸਿੰਘ ਮਹਾਰਾਜ ਜੀ ਇੱਥੇ ਆਏ ਉਹਨਾਂ ਦੇ ਨਾਲ ਬਾਬਾ ਬਖਸ਼ੀਸ਼ ਸਿੰਘ ਜੀ ਬਾਬਾ ਗੁਰਮੇਲ ਸਿੰਘ ਜੀ ਫੁੱਲ ਅਤੇ ਚਾਚਾ ਚਰਨ ਸਿੰਘ ਜੀ ਜੋ ਬਹੁਤ ਹੀ ਮਸਤਾਨੀ ਬਿਰਤ ਦੇ ਮਾਲਕ ਸਨ ਚਾਚਾ ਚਰਨ ਸਿੰਘ ਜੀ ਅਤੇ ਬਾਬਾ ਬਖਸ਼ੀਸ਼ ਸਿੰਘ ਬਾਬਾ ਗੁਰਮੇਲ ਸਿੰਘ ਜੀ ਫੁੱਲ ਬਾਰੇ ਆਮ ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਤਾ ਇਹ ਜਥੇਦਾਰ ਸਨ ਉਦੋਂ ਕਾਰ ਸੇਵਾ ਦੇ ਵਿੱਚ ਬਾਬਾ ਬਖਸ਼ੀਸ਼ ਸਿੰਘ ਬਾਬਾ ਗੁਰਮੇਲ ਸਿੰਘ ਜੀ ਫੁੱਲ ਅਤੇ ਬਾਬਾ ਜੀਵਨ ਸਿੰਘ ਮਹਾਰਾਜ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਜਿਹੜੀ ਕਾਰ ਸੇਵਾ ਦਾ ਭਾਰ ਸੀ ਬਾਬਾ ਬਖਸ਼ੀਸ਼ ਸਿੰਘ ਜੀ ਬਾਬਾ ਫੁੱਲ ਦੇ ਮੋਢਿਆਂ 'ਤੇ ਆ ਪਿਆ ਇਹਨਾਂ ਦੀ ਜ਼ਿੰਮੇਵਾਰੀ ਹੋ ਗਈ ਉਸ ਤੋਂ ਉਪਰੰਤ ਬਾਬਾ ਬਖਸ਼ੀਸ਼ ਸਿੰਘ ਜੀ ਬਾਬਾ ਗੁਰਮੇਲ ਸਿੰਘ ਜੀ ਫੁੱਲ ਇਹਨਾਂ ਨੇ ਗੁਰਦੁਆਰੇ ਲੰਗਰ ਹਾਲ ਸਰੋਵਰ ਹੋਰ ਸੰਗਤ ਦੀ ਸਹੂਲਤ ਵਾਸਤੇ ਸਰਾਵਾਂ ਦੀ ਸੇਵਾ ਕੀਤੀ ਇਹਨਾਂ ਦੇ ਜਿਹੜੇ ਜੀਵਨ ਕਾਲ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਗੁਰਦੁਆਰਾ ਗੜ੍ਹੀ ਸਾਹਿਬ ਜਿੱਥੇ ਆਪਾਂ ਇਸ ਟਾਈਮ ਜਿਸ ਧਰਤੀ 'ਤੇ ਬੈਠੇ ਹਾਂ ਗੁਰਦੁਆਰਾ ਕਮਾਲਪੁਰ ਸਾਹਿਬ ਗੁਰਦੁਆਰਾ ਦੋਦੜਾ ਸਾਹਿਬ ਗੁਰਦੁਆਰਾ ਛੀਟਾਂਵਾਲਾ ਗੁਰਦੁਆਰਾ ਨਾਭਾ ਸਾਹਿਬ ਨੇੜੇ ਜ਼ੀਰਕਪੁਰ ਗੁਰਦੁਆਰਾ ਅੰਬ ਸਾਹਿਬ ਮੋਹਾਲੀ
ਕੋਈ 14 ਥਾਵਾਂ 'ਤੇ ਇਸ ਗੁਰਦੁਆਰਾ ਗੜ੍ਹੀ ਸਾਹਿਬ ਦੇ ਸਰਪ੍ਰਸਤੀ ਹੇਠ ਸੇਵਾ ਹੁਣ ਚੱਲ ਰਹੀ ਹੈ। ਅਤੇ ਜੋ ਅੱਜ ਦਾ ਸਮਾਗਮ ਹੈ 24 ਜਨਵਰੀ ਦਾ, ਉਹ ਬਾਬਾ ਬਖਸ਼ੀਸ਼ ਸਾਹਿਬ ਮਹਾਰਾਜ ਜੀ 1996 ਵਿੱਚ ਸੇਵਾ ਕਰਵਾਉਂਦੇ ਹੋਏ ਸੰਗਤਾਂ ਨੂੰ ਉਹਨਾਂ ਨੇ ਸੇਵਾ ਅਤੇ ਸਿਮਰਨ ਦੇ ਨਾਲ ਜੋੜਿਆ, ਇਸ ਧਰਤੀ ਨੂੰ ਭਾਗ ਲਾਏ। ਜਦੋਂ ਬਾਬਾ ਬਖਸ਼ੀਸ਼ ਸਿੰਘ ਮਹਾਰਾਜ ਜੀ ਸੇਵਾ ਇਸ ਏਰੀਆ ਕਰਵਾ ਰਹੇ ਸਨ ਨਾ, ਉਦੋਂ ਇਸ ਇਲਾਕੇ ਦੀ ਬੜੀ ਖਸਤਾ ਹਾਲਤ, ਬੜੀ ਹੀ ਦੁੱਖਦਾਈ ਵਾਲੀ ਇੱਥੇ ਗੱਲ ਸੀ। ਕੋਈ ਇਲਾਕੇ 'ਚ ਫਸਲ ਨਹੀਂ ਸੀ ਹੁੰਦੀ, ਸੇਮ ਸੀ, ਬੜੀਆਂ ਇਹ ਵੱਡੀਆਂ ਦਿੱਕਤਾਂ ਸਨ ਇਲਾਕੇ ਨੂੰ, ਬੜੀ ਪਰੇਸ਼ਾਨੀ ਸੀ ਇਸ ਏਰੀਏ ਨੂੰ। ਪਰ ਦੋਨੇ ਸੰਤ ਹੀ ਬੜੀ ਵੱਡੀ ਪਾਵਰ ਦੇ ਮਾਲਕ ਸਨ, ਬੜੀ ਵੱਡੀ ਉਹਨਾਂ ਦੀ ਇੱਕ ਬੰਦਗੀ ਵਾਲੀ ਗੱਲ ਸੀ। ਅਤੇ ਉਹਨਾਂ ਨੇ ਸੰਗਤ ਨੂੰ, ਇਲਾਕੇ ਨੂੰ ਬੇਨਤੀ ਹੁਕਮ ਕੀਤਾ ਅਤੇ ਬੇਨਤੀ ਵੀ ਕੀਤੀ ਵੀ ਸੇਵਾ ਕਰੋ, ਗੁਰੂ ਸਾਹਿਬ ਕਿਰਪਾ ਕਰਨਗੇ, ਇਸ ਧਰਤੀ ਨੂੰ ਏਰੀਏ ਨੂੰ ਭਾਗ ਲੱਗਣਗੇ। ਜਦੋਂ ਬਾਬਾ ਜੀਵਨ ਸਿੰਘ ਮਹਾਰਾਜ ਟਾਈਮ ਹੀ ਸੇਵਾ ਸ਼ੁਰੂ ਹੋ ਗਈ ਸੀ, ਇਲਾਕੇ ਨੇ ਬੜੇ ਹੀ ਵੱਡੇ ਪੱਧਰ ਦੇ ਨਾਲ ਸੇਵਾ ਕੀਤੀ, ਹੱਥੀਂ ਸੇਵਾ ਕੀਤੀ, ਤਨਪਣ ਧਨ ਦੇ ਨਾਲ ਲੋਕਾਂ ਨੇ ਸਹਿਯੋਗ ਦਿੱਤਾ। ਅਤੇ ਸੰਤਾਂ ਦੇ ਜੋ ਬਚਨ ਸਨ ਵੀ ਸੇਵਾ ਕਰੋ, ਗੁਰੂ ਸਾਹਿਬ ਕਿਰਪਾ ਕਰਨਗੇ, ਸਭ ਠੀਕ ਹੋ ਜਾਵੇਗਾ। ਅਤੇ ਇਸ ਟਾਈਮ ਸਾਰਾ ਇਲਾਕਾ, ਇੱਕ ਧਰਤੀ ਸੋਨਾ ਪੈਦਾ ਕਰਦੀ ਹੈ, ਸਾਰਾ ਇਲਾਕਾ ਬਹੁਤ ਹੀ ਖੁਸ਼ਹਾਲ ਹੈ। ਆਪਾਂ 24 ਜਨਵਰੀ ਦੇ ਮੁਤਲਕ ਗੱਲ ਕਰ ਰਹੇ ਸੀ, 24 ਜਨਵਰੀ ਦਾ ਜੋ ਅੱਜ ਸਮਾਗਮ ਮਨਾਇਆ ਜਾ ਰਿਹਾ, ਬਾਬਾ ਬਖਸ਼ੀਸ਼ ਸਿੰਘ ਜੀ 1996 ਵਿੱਚ ਸੱਚਖੰਡ ਪਿਆਨਾ ਕਰ ਗਏ ਸੀ। ਉਹਨਾਂ ਦੇ ਕੁਝ ਸਮੇਂ ਤੋਂ ਬਾਅਦ ਛੋਟੇ ਸੰਤ ਬਾਬਾ ਗੁਰਮੇਲ ਸਿੰਘ ਜੀ ਫੁੱਲ, ਉਹ ਵੀ ਅਕਾਲ ਚਲਾਣਾ ਕਰ ਗਏ। ਉਹਨਾਂ ਦੋਨਾਂ ਸੰਤਾਂ ਦੇ ਸੰਬੰਧ ਦੇ ਵਿੱਚ 24 ਜਨਵਰੀ ਨੂੰ ਹਰ ਸਾਲ ਬੜੇ ਵੱਡੇ ਪੱਧਰ 'ਤੇ ਸਮਾਗਮ ਮਨਾਇਆ ਜਾਂਦਾ। ਜੇ ਤੀਜੇ ਸੰਤਾਂ ਦੇ ਆਪਾਂ ਗੱਲ ਕਰ ਰਹੇ ਸੀ, ਜੋ ਮਸਤਾਨੀ ਬਿਰਤੀ ਦੇ ਮਾਲਕ ਸਨ ਚਾਚਾ ਚਰਨ ਸਿੰਘ ਜੀ, ਉਹ ਪਿਛਲੇ ਸਮੇਂ 2016 ਦੇ ਵਿੱਚ ਉਹਨਾਂ ਨੇ ਚੜ੍ਹਾਈ ਕੀਤੀ, ਅਕਾਲ ਚਲਾਣਾ ਕੀਤਾ। ਹੁਣ ਤੀਜੀ ਬਰਸੀ ਨਾਲ ਉਹਨਾਂ ਦੇ ਸੰਬੰਧ 'ਚ ਮਨਾਈ ਜਾਂਦੀ ਹੈ। ਅਤੇ ਇਸ ਤਰ੍ਹਾਂ ਕਰਕੇ ਜੋ 24 ਜਨਵਰੀ ਦਾ ਦਿਹਾੜਾ ਹੈ, ਉਹਨਾਂ ਸੰਤਾਂ ਦੇ ਸੰਬੰਧ 'ਚ ਮਨਾਇਆ ਜਾਂਦਾ। 24 ਜਨਵਰੀ ਦੇ ਜਿਹੜਾ ਦਿਨ ਮਨਾਇਆ ਜਾਵੇ ਉਸ ਤੋਂ ਸੰਬੰਧ ਸੀ। ਇੱਕ ਬਾਬਾ ਜੀ ਗੱਲ ਹੋਰ ਆਪਾਂ ਕਰਦੇ ਹਾਂ, ਜਦੋਂ ਇਨਸਾਨ ਆਪਣੀ ਯਾਤਰਾ ਭੁਗਤ ਕੇ ਜਦੋਂ ਉੱਪਰ ਚਲੇ ਜਾਂਦਾ, ਉਹਦਾ ਇੱਕ ਭੌਗਿਕ ਸਰੀਰ ਹੁੰਦਾ, ਜਿਹਦੀ ਆਪਾਂ ਅਸਥੀਆਂ ਫੁੱਲ ਵੀ ਕਹਿ ਦਿੰਦੇ ਹਾਂ। ਬਹੁਤੀਆਂ ਸੰਗਤਾਂ ਜਿਹੜੀਆਂ ਨੇ ਉਹ ਗੁਰਦੁਆਰਾ ਕੀਰਤਪੁਰ ਸਾਹਿਬ ਜਾਂਦੀਆਂ ਨੇ ਫੁੱਲ ਪ੍ਰਵਾਹ ਕਰਨ ਵਾਸਤੇ, ਫਿਰ ਕਿਉਂਕਿ ਪਿਛਲੇ ਕੁਛ ਸਮੇਂ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਹੁਣ ਸਮਾਣਾ ਗੜ੍ਹੀ ਸਾਹਿਬ ਹੀ ਇੱਥੇ ਹੀ ਜੋ ਆਪਣਾ ਫੁੱਲ ਹੁੰਦੇ ਨੇ ਉਹ ਪ੍ਰਵਾਹ ਕਰ ਜਾਂਦੇ, ਇਹਦੇ ਬਾਰੇ ਕੀ ਥੋੜ੍ਹਾ ਜਿਹਾ ਦੱਸੋਗੇ ਸਾਰੇ ਸੰਗਤਾਂ ਨੂੰ ਵੀ ਇਹਦੇ ਬਾਰੇ ਕਦੋਂ ਤੋਂ ਜਿਹੜੀ ਇਹ ਸ਼ੁਰੂਆਤ ਹੋਈ, ਇਹਦਾ ਕੀ ਇਤਿਹਾਸ ਹੈ ਜੀ? ਜਿਹੜੇ ਸੰਤਾਂ ਦਾ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਬਾਬਾ ਬਖਸ਼ੀਸ਼ ਸਿੰਘ ਜੀ, ਬਾਬਾ ਫੁੱਲ ਜੀ ਦਾ, ਉਹਨਾਂ ਨੇ ਆਪਣੇ ਸਮੇਂ ਦੌਰਾਨ, ਆਪਣੇ ਜੀਵਨ ਕਾਲ ਦੇ ਦੌਰਾਨ ਇਹ ਗੱਲ ਕਹੀ ਸੀ, ਜਦੋਂ ਅਸੀਂ ਸੰਸਾਰ ਤੋਂ ਜਾਈਏ, ਜਦੋਂ ਇਹ ਮਾਤ ਲੋਕ ਤਿਆਗੀਏ ਛੱਡੀਏ, ਅਤੇ ਜਿਹੜੇ ਸਾਡੀਆਂ ਅਸਥੀਆਂ ਨੇ ਉਹ ਕੀਰਤਪੁਰ ਸਾਹਿਬ ਲੈ ਕੇ ਨਹੀਂ ਜਾਣੀਆਂ, ਸਾਡੀਆਂ ਅਸਥੀਆਂ ਇੱਥੇ ਭਾਖੜਾ ਜਾਂ ਜਲ ਪ੍ਰਵਾਹ ਕਰ ਦਿੱਤੀਆਂ ਜਾਣ। ਉਹਨਾਂ ਦੇ ਕਹਿਣ ਦਾ ਮਕਸਦ ਇਹ ਸੀ ਵੀ ਜਿਹੜਾ ਗੱਡੀਆਂ ਦਾ ਤੇਲ ਫੂਕਣਾ, ਸੰਗਤ ਨੇ ਸੇਵਾ ਛੱਡ ਕੇ ਕੀਰਤਪੁਰ ਸਾਹਿਬ ਜਾਣਾ, 2 ਦਿਨ ਖਰਾਬ ਹੋਣੇ, ਵੀ ਉਹ ਸੇਵਾ ਦੇ ਵਿੱਚ ਫਰਕ ਨਾ ਪਵੇ। ਜਿਹੜਾ ਗੱਡੀਆਂ ਦਾ ਡੀਜ਼ਲ ਫੂਕਿਆ ਜਾਣਾ, ਉਹ ਭਾਰ ਸਾਡੇ ਸਿਰ ਨਾ ਆਵੇ, ਅਤੇ ਉਹ ਜਿਹੜਾ ਪੈਸਾ ਗੱਡੀਆਂ ਡੀਜ਼ਲ ਫੂਕਣ ਦਾ ਜਾਂ ਕੁੱਲ ਮਿਲਾ ਕੇ ਜੋ ਵੀ ਖਰਚਾ ਆਪਾਂ ਨੂੰ ਪਤਾ ਹੁੰਦਾ, ਜੋ ਸੰਗਤਾਂ ਕੀਰਤਪੁਰ ਸਾਹਿਬ ਜਾਂਦੀਆਂ ਨੇ, ਤਾਂ ਸਾਰਾ ਕਾਰ ਸੇਵਾ ਦੇ ਸੰਬੰਧ 'ਚ ਲੱਗੇ ਵੀ ਸਾਡੀਆਂ ਅਸਥੀਆਂ ਜਲ ਪ੍ਰਵਾਹ ਕਰਨ ਵਾਸਤੇ ਇੱਥੇ ਭਾਖੜਾ 'ਚ ਹੀ ਇਸ ਗੱਲ ਮੁੱਖ ਰੱਖਿਆ ਜਾਏ। ਪਰ ਉਸ ਸਮੇਂ ਦੌਰਾਨ ਜੋ ਇਲਾਕਾ ਇਕੱਠਾ ਹੋਇਆ, ਸੰਗਤ ਇਕੱਤਰਤਾ ਦੇ ਰੂਪ ਵਿੱਚ ਜੋ ਸਲਾਹ ਕੀਤੀ ਗਈ ਇਲਾਕੇ ਵੱਲੋਂ, ਇਹ ਵਿਚਾਰ ਕੀਤਾ ਗਿਆ, ਨਹੀਂ ਜੀ ਇਹ ਸੰਗਤਾਂ ਜੋ ਆਪਣੀ ਭਾਵਨਾ ਸੀ ਦੱਸ ਦਿੱਤੀ,
पर आपां अस्थियां जल प्रवाह कीरतपुर साहब करांगे। चलो बाबा बख्शीर सिंह जी दियां अस्थियां जल प्रवाह कीरतपुर साहब कीतियां गईयां। कुछ समय दौरान बाबा गुरमेल सिंह जी फुल जी ने शरीर छड्डिया, उदों फिर गल चल गई भी अस्थियां कीरतपुर साहब लैके जाना, संगतां वल्लों मता उलीकिया गया। पर जिहड़ी साडी कार सेवा दे संस्था, साडी कार सेवा दी जथेबंदी है, जो कार सेवा दे मेन संत ने मुखी ने, उन्होंने ये गल कही भी जो संतां ने बचन सन असीं उन्होंने मुख रखांगे। जिवें बाबा हरबंस सिंह जी दिल्ली वाले, बाबा जगतार सिंह तरन तारण साहब वाले, बाबा अमरीक सिंह जी पटियाले वाले, होर भी जिन्हें बाबा शीशा सिंह जी हजूर साहब वाले, उन्होंने ये गल कहा देखो पहला तुहाडा बचन नहीं मोड़िया, तुहाडी संगत दे कहण ते असीं अस्थियां कीरतपुर साहब जल प्रवाह कीतियां बाबा बख्शीर सिंह जी दियां, पर हुण जो संतां दा बचन है उहनूं पूरा कीता जाएगा ते अस्थियां इत्थे ही भाखड़ा जल प्रवाह कीतियां जाणगियां। बाबा बख्शीर सिंह बाबा गुरमेल सिंह जी फुल दियां अस्थियां इत्थे भाखड़ा विच जल प्रवाह कीतियां गईयां। जदों इस गल बारे इलाके की संगत नूं पता लगा कि बाबा फुल जी दियां अस्थियां इत्थे जल प्रवाह होईयां ने, तो इलाके दे इक ख्याल एक सोच एक विचार बन गई, इन्नी वड्डी महान पावर दियां अस्थियां जे इत्थे जल प्रवाह होईयां ने तो आपां कीरतपुर साहिब क्यों जांदे आ। एक उस तों बाद रीत चल गई कि सारे इलाके जो सारा हरियाणा तकरीबन जो एरिया पंजाब दा इहदे नाल नेड़ता रखदा, मेरे कहण तों मुराद जो कीरतपुर साहिब एरिया उह तों उधर जांदा, जिहड़ा एरिया गढ़ी साहिब पंजाब दा लगदा ते इत्थे आउंदा, जो यूपी दी संगत संद करनाल यूपी लुकसर सब जो पंजाबी नानक नाम लेवा सिख ने सारे इत्थे मृतक प्राणी दी अस्थियां लै के आउंदे ने ते जल प्रवाह हुंदियां ने। आपां कह रहे सी इत्थे अस्थियां क्यों जल प्रवाह हुंदियां ने, संतां दी अस्थियां जल प्रवाह होण करके इत्थों दा इतिहास बन गया ते मृतक प्राणी दी अस्थियां इत्थे जल प्रवाह हुंदियां ने। ਅਤੇ ਬਹੁਤ ਬਹੁਤ ਧੰਨਵਾਦ ਬਾਬਾ ਨਰਿੰਦਰ ਸਿੰਘ ਉਰਫ ਬਾਬਾ ਗੁਰਮੁਖ ਸਿੰਘ ਹੋਣਾ ਦਾ, ਜਿਨ੍ਹਾਂ ਨੇ ਬੜੇ ਹੀ ਸੰਖੇਪ ਨਾਲ ਜਿਹੜੀ ਜਾਣਕਾਰੀ ਦਿੱਤੀ ਹੈ ਅਤੇ ਆਸ ਨਾਲ ਜੁੜੀਆਂ ਹੋਈਆਂ ਬਰਸੀ ਸਮਾਗਮ ਨੂੰ ਜੁੜੀਆਂ ਹੋਈਆਂ ਔਰ ਫੁੱਲ ਅਸਥੀਆਂ ਨੂੰ ਜੁੜੀਆਂ ਹੋਈਆਂ ਸਾਰੀਆਂ ਜਿਹੜੀਆਂ ਜਾਣਕਾਰੀਆਂ ਆਪ ਸੰਗਤਾਂ ਨਾਲ ਸਾਂਝੀ ਕੀਤੀਆਂ। ਬਹੁਤੀਆਂ ਸੰਗਤਾਂ ਜਿਹੜੀਆਂ ਇੱਧਰ ਇਲਾਕੇ ਦੇ ਵਿੱਚ ਰਹਿੰਦੀਆਂ ਜਿਹੜਾ ਸਮਾਣੇ ਏਰੀਏ ਦੇ ਵਿੱਚ ਆਉਂਦੀਆਂ ਜਾਂਦੀਆਂ ਹਨ, ਪਰ ਉਹ ਚਾਹਵਾਂਗੇ ਕਿ ਗੁਰਦੁਆਰਾ ਗੜੀ ਸਾਹਿਬ ਜ਼ਰੂਰ ਦਰਸ਼ਨ ਕਰਕੇ ਜਾਣ, ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸਿਕ ਸਥਾਨ ਹੈ। ਅਤੇ ਅਖੀਰ ਦੇ ਵਿੱਚ ਬਾਬਾ ਜੀ ਆਪਾਂ ਇੱਥੇ ਆਗਾ ਲੈਂਦੇ ਹਾਂ ਕਿਉਂਕਿ ਇਸ ਤੋਂ ਬਾਅਦ ਜੋ ਸਮਾਗਮ ਦੀ ਆਰੰਭਤਾ ਹੋ ਗਈ ਹੈ ਸੰਗਤਾਂ ਨੂੰ ਸਮਾਗਮ ਦੇ ਨਾਲ ਵੀ ਆਪਾਂ ਜੋੜਦੇ ਹਾਂ ਅਤੇ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।